ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ, ਸੰਦੀਪ ਡੇਅਰੀ ਫਾਰਮ ਤੁਹਾਡਾ ਬਹੁਤ ਬਹੁਤ ਵੈਲਕਮ ਹੈ ਜੀ। ਅਤੇ ਵੀਰ ਜੀ, ਅੱਜ ਆਪਣੀ ਵਿਜ਼ਿਟ ਹੈਗੀ ਆ ਪਿੰਡ ਦਾਦੂਪੁਰ, ਜ਼ਿਲ੍ਹਾ ਅੰਮ੍ਰਿਤਸਰ ਪੈਂਦਾ, ਤਹਿਸੀਲ ਮਜੀਠਾ। ਮਜੀਠੋ ਸਿਰਫ ਕਿਲੋਮੀਟਰ ਦਾ ਵੀਰਾਂ ਦਾ ਪਿੰਡ ਹੈ ਜੀ। ਅਤੇ ਕੁਲਵਿੰਦਰ ਸਿੰਘ ਬਾਈ ਕੋਲ ਆ ਚੁੱਕੇ ਆ, ਅਤੇ ਜਿਹੜੀ ਅੱਜ ਬਾਈ ਨੇ ਮੱਝਾਂ ਲੈ ਕੇ ਆਉਂਦੇ ਨਾ ਜੀ, ਬਸ ਸਾਂ ਹੀ ਸੁੱਕ ਜਾਣੇ ਤੁਹਾਡੇ। ਇੰਨੀਆਂ ਚੰਗੀਆਂ ਅਤੇ ਇੰਨੀਆਂ ਕੁਆਲਿਟੀ ਦੀਆਂ ਮੱਝਾਂ ਬਾਈ ਕੋਲ ਜੀ। ਅਤੇ ਆਓ ਹੁਣ ਬਾਈ ਜੀ ਨੇ ਗੱਲਬਾਤ ਕਰੀਏ, ਇਹਨੇ ਪ੍ਰਾਈਜ਼ ਕੀ ਆ, ਕੀ ਮਿਲਕ ਰਿਕੋੜਾ। ਉਸ ਤੋਂ ਪਹਿਲਾਂ ਵੀ ਜੀ, ਰਿਕੁਐਸਟ ਕਰਾਂ ਤੋਂ ਪਹਿਲਾਂ ਇੱਥੇ ਆ ਕੇ ਚੁਆਈ ਕਰੋ, ਪਾਸ ਕਰੋ, ਪੂਰੀ ਤਸੱਲੀ ਨਾਲ ਖਰੀਦੋ। ਵਾਹ ਵਾਹ ਜੀ, ਇਹੀ ਬੇਨਤੀ ਕਰ ਦਿੰਦੇ ਹਾਂ ਕਿ ਚੁਆਈ ਜ਼ਰੂਰ ਕਰੋ, ਨਾਲੇ ਵੀਡੀਓ ਵੱਧ ਸ਼ੇਅਰ ਕਰ ਦਿਆ ਕਰੋ, ਚਲੋ ਗਾਵੀ ਕਿ ਵੀਰ ਦਾ ਫਾਇਦਾ ਹੋ ਸਕੇ। ਹੁਣ ਬਾਈ ਜੀ ਨਾਲ ਗੱਲਬਾਤ ਕਰੀਏ ਜੀ ਆਪਾਂ। ਬਾਈ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਵੀਰ ਜੀ। ਹੋਰ ਬਾਈ ਜੀ? ਵਧੀਆ ਵੀਰੇ, ਠੀਕ ਠਾਕ। ਕਿੱਦਾਂ ਜੀ ਵਧੀਆ ਚੱਲ ਰਿਹਾ ਜੀ ਕੰਮ? ਵਧੀਆ ਵੀਰ ਜੀ, ਚੱਲੀ ਜਾਂਦਾ। ਚਲੋ ਚਲੋ ਵਧੀਆ, ਖਿੱਚ ਕੇ ਰੱਖਿਆ ਕਰੋ ਕੰਮ ਮਾੜਾ ਜਿਹਾ। ਨਹੀਂ, ਖਿੱਚ ਕੇ ਰੱਖੀ। ਚਲੋ ਅੱਜ ਬਾਜੀ ਫਿਰ ਨੀਲੀ ਫਿਰ ਲਿਆਂਦੀ ਹੈ। ਹਾਂਜੀ, ਨੀਲੀ ਜੀ ਬਹੁਤ ਚੰਗੀ ਵੀਰ ਜੀ। ਕਿੱਧਰੋਂ ਸ਼ੁਰੂ ਕਰੀ? ਇੱਧਰੋਂ ਲੱਗੀ, ਉੱਧਰੋਂ ਲੱਗੀ ਹੈ, ਇੱਥੋਂ ਹੀ ਲੱਗੋ ਫਿਰ ਨੀਲੀ, ਬਾਅਦ ਵੇਖਾਂਗੇ ਆਪਾਂ। ਇਹ ਸੂਈ ਹੈ ਜੀ? ਇਹ ਵੀਰ ਜੀ ਸੂਈ ਜੋ। ਅੱਛਾ ਜੀ, ਇਹ ਰਾਤ ਦੀ ਸੂਈ ਹੈ। ਅੱਛਾ, ਹਾਂਜੀ। ਤੇ ਬੋਲਾ ਫਿਰ ਕਿੰਨਾ ਹੈਗਾ ਜੀ? ਬੋਲਾ ਵੀ ਜੀ ਰਾਤੀ ਚੋ ਆਏ ਤਾਂ 3 ਕਿਲੋ, ਤੇ ਸਵੇਰੇ 3.5-4 ਕਿਲੋ ਚੋ ਖਾਲੀ ਨਹੀਂ ਕੀਤੀ। ਹਾਂਜੀ, ਖਾਲੀ ਨਹੀਂ ਕੀਤੀ। ਹਾਂਜੀ, ਚੋ ਆ। ਠੀਕ ਆ। ਤੇ ਬਾਜੀ ਕਿੰਨਾ ਕੁ ਫਿਰ ਕਰੂ ਤੂੰ ਲੇਵਰ? ਬਾਜੀ ਬਹੁਤ ਚੰਗਾ ਫਿਰ। 13-14 ਕਿਲੋ ਦੀ ਗਰੰਟੀ ਮਿਲੀ। 13-14 ਕਿਲੋ ਦੀ? ਵਾਹ ਜੀ ਵਾਹ। ਬਿੰਦੀਆਂ ਵਾਲਾ ਚੱਡਾ ਵੇਖ, ਬਿੰਦੀਆਂ ਵਾਲਾ ਚੱਡਾ। ਲਓ ਜੀ ਵੇਖੋ, ਆ ਦੇਖੋ, ਚੰਗਾ ਚਵਾ। ਹਾਂ, ਤੁਹਾਨੂੰ ਬੜਾ ਸੋਹਣਾ ਲੱਗਾ। ਮੈਂ ਵੀ ਜੀ ਪਸਮਾ ਗਿਆ, ਹੋਰ ਕੱਢ ਦੇ। ਅੱਛਾ, ਤੋਰਾ ਫਿਰ ਬਾਜੀ ਵੇਖੋ ਜੀ, ਲੇਵਰੀ ਕੁਆਲਿਟੀ ਤਾਂ ਬਸ ਸਿਰਾ ਹੀ ਹੋਇਆ ਪਿਆ ਜੀ। ਥਾਣੇ ਵੀ ਬੁੱਗੀਆਂ ਵਾਲਾ। ਆ ਦੇਖੋ, ਦੇਖੋ ਬਹੁਤ ਚੰਗੀ ਮੱਝ ਹੈ ਜੀ। ਹੋਊ ਬਾਜੀ ਤੀਜਾ ਸੂਆ ਜੀ ਕਿ ਚੌਥਾ? ਚਲੋ ਤੀਜਾ ਹੀ ਲਾ ਲਓ, ਚੌਥਾ ਲਾ ਲਓ, ਕੋਈ ਗੱਲ ਤੁਹਾਡੇ ਸਾਹਮਣੇ ਹੈ ਜੀ। ਵੇਖੋ, ਆ ਦੇਖੋ ਲੇਵਾ, ਵੇਖੋ ਘਰਾਂ ਦੀ ਚਵਾ ਪਸਮਾ ਬਾਜੀ। ਬਸ ਗੱਲਾਂ ਹੀ ਬਾਹਰੇ ਦੀਆਂ ਹੋਈਆਂ ਪਈਆਂ ਜੀ। ਆ ਵੇਖੋ ਘਰਾਂ, ਆ ਜੀ, ਚਲੋ ਲੈ ਲੈ ਚਲੋ ਲੈ ਚਲੋ ਕੱਟੀ ਜੀ, ਕੱਟਾ ਮਗਰ ਆ ਗਿਆ ਜੀ ਬਰਨ ਦੇ। ਅਤੇ ਆ ਦੇਖ ਲਓ ਘਰਾਂ, ਮੀਂਹ ਭੂ ਜਗ੍ਹਾ ਬਹਿ ਗਿਆ ਬਾਈ ਫਿਰ ਇੱਧਰ। ਠੀਕ ਆ, ਹਾਂਜੀ ਬਾਜੀ, ਫਿਰ ਬੋਲੋ ਫਿਰ। ਮੁੱਲ ਵੀਰ ਜੀ ਇਹਦਾ ਬਾਜ਼ਾਰ ਦੇ ਹਿਸਾਬ ਨਾਲ ਭਾਵੇਂ 1-10 ਹੀ ਮੰਗ ਲਈ। ਹਾਂਜੀ, ਪਰ ਹੁਣ ਦੇ ਦਾਂਗੇ 90-2000 ਰੁਪਈਆ ਛੋੜ ਕਰ। 88000 ਦੀ ਦੇ ਦਾਂਗੇ ਜੀ, ਹੋਰ ਦੋ ਦੋ 86 ਪੂਰੇ ਦੀ ਦੇ ਦਾਂਗੇ। 86000 ਜੀ, ਹੋਰ ਹੋਰ ਤੁਹਾਡਾ ਮਾਨ ਦੇ ਕਰ ਰਹੇ, ਪਰ ਚੀਜ਼ ਪਟਾਕਾ ਹੀ ਹੈ ਜੀ। ਆ ਦੇਖੋ ਘਰ, ਵੇਖੋ ਥਾਂ ਤੁਹਾਨੂੰ ਵੇਖੋ ਘਰ, ਆ ਜਾਓ ਨੀਲੀ ਬਾਜੀ ਫਿਰ ਲਿਆਂਦੇ ਫਿਰ ਤੁਸੀਂ। ਹੈ ਹਾਂਜੀ, ਬਹੁਤ ਚੰਗੀ ਵੀਰ ਜੀ ਇਹ ਦੂਜਾ ਸੂਆ, ਝੋਟੀ ਸੁਣੀ ਹੈ ਦੂਜਾ ਸੂਆ। ਹਾਂਜੀ, ਤੇ ਬਾਜੀ ਚੰਗੇ ਰਿਕਾਰਡ ਵਾਲੀ ਲੱਗਦੀ ਹੈ, ਪਰ ਤੁਸੀਂ ਰਿਕਾਰਡ ਪਰ ਕਿੱਦਾਂ ਨਹੀਂ ਹੋਇਆ ਮੇਰੇ ਸਾਹਮਣੇ ਦਾ? ਮੈਂ ਨਾ ਵੀਰ ਜੀ ਰਿਕਾਰਡ, ਤੁਸੀਂ ਕਹਿੰਦਾ ਝੂਠ ਬੋਲਦਾ ਹੈ। ਹਾਂਜੀ, ਇਹਦੀ ਮਾਂ ਥੱਲੇ ਨਾ, ਆਹ ਵੇਖੋ ਏਡੀ ਏਡੀ ਮੋਟੀ ਨਾਰ ਲੱਗੀ ਥੱਲੇ। ਅੱਛਾ, ਇਡਲੀ ਮੋਟੀ ਮੋਟੀ। ਮੈਂ ਨਾ ਕਿ 17-18 ਕਿਲੋ ਦੀ ਮਾਰ ਕੇ ਸੀਗੀ। ਵਾਹ ਜੀ ਵਾਹ, ਕਿਵੇਂ ਲੱਗਦਾ ਕੋਈ ਝੂਠ ਬੋਲਦਾ ਕਹਿੰਦਾ? ਹਾਂਜੀ ਹਾਂਜੀ ਹਾਂ, ਪਰ ਇਹ ਚੀਜ਼ ਦਾ ਮੁੱਲ ਮੈਂ ਪੂਰਾ ਭਰ ਕੇ ਆਇਆ, ਮੈਨੂੰ ਮਨ ਨੂੰ ਬਹੁਤ ਜਚੀ ਸੀਗੀ। ਨਹੀਂ ਨਹੀਂ ਬਾਜੀ, ਮੈਂ ਵੀ ਬੜੀ ਚੰਗੀ ਹੈ ਜੀ, ਪਿਓਰ ਨੀਲੀ ਰਾਵੀ। ਵੇਖੋ ਆਹ ਦੇਖੋ ਕੁਆਲਿਟੀ, ਦੇਖੋ ਮੈਂ ਦੇ ਜੀ ਸਿੰਘ ਸਿੰਘ ਬੜੇ ਸੋਹਣੇ ਲਾਟੂ ਲੂਟੂ ਫਸਾਏ ਬਾਈ ਨੇ, ਜਿਵੇਂ ਹਰਿਆਣੇ ਪਸੰਦ ਹੁੰਦੇ ਆ। ਤੋਰੋ ਬਾਜੀ, ਤੇ ਬਾਜੀ ਇਹਨੇ ਦੁੱਧ ਕਿੰਨਾ ਕੀਤਾ ਫਿਰ ਪਹਿਲਾਂ? ਨਹੀਂ ਵੀਰ ਜੀ, ਪਹਿਲਾਂ ਨੇ 12 ਕਿਲੋ ਅੰਦੇ ਠੰਡਾ ਕਰਕੇ 12 ਕਿਲੋ। ਹਾਂਜੀ, ਤੋਰੋ ਫਿਰ ਵੇਖੋ ਜੀ ਮੱਝ, ਵੇਖੋ ਨੀਲੀ ਟਾਈਮ ਸਿਰ ਚੱਕ ਰਹੇ ਜੀ। ਅੱਜ ਹੀ ਵੀਡੀਓ ਆ ਜਾਣੀ 7 ਤਰੀਕ ਨੂੰ, ਦੇਖਿਆ ਜੀ ਕਰਾਂ ਦੇ ਸੂਲ ਤੋਂ ਵੀ ਨਿਸ਼ਾਨ ਇਹ ਜੀ। ਨੀਲੀ ਦੀਆਂ ਮਹੀਆਂ ਬੜੂ ਨਿਕਲ ਜਾਂਦੀਆਂ ਬਾਈ ਜੀ, ਹੋਰ ਤੁਹਾਡੇ ਇਲਾਕੇ ਵੀ ਨਿਕਲਣ ਲੱਗ ਗਏ ਹੋਣਾ ਜੀ। ਹਾਂ, ਦੇਖੋ ਜੀ ਕਰਾਂ ਦੇ ਸੋਹਣੀ ਸੋਹਣੀ ਝੋਟੀ ਹੈ ਜੀ, ਸੋਹਣੀ ਝੋਟੀ ਆ। ਆ ਦੇਖੋ ਟਾਈਮ ਲੈ ਜੂ ਅੱਜ ਬਾਈ ਜੀ, ਇੱਕ ਹਫ਼ਤਾ ਲੈ ਜੂ, ਇੱਕ ਹਫ਼ਤਾ। ਆ ਦੇਖੋ ਪਟਾਕੇ ਪਾਊਗੀ, ਦਿਖਾਓ ਮਾੜਾ ਫੇਸ ਕੁਆਲਿਟੀ ਦਿਖਾਉਣਾ ਜੀ। ਵੇਖੋ ਜੀ, ਨਹੀਂ ਨਹੀਂ ਕੁਆਲਿਟੀ ਪੂਰੀ, ਲੈ ਚਲੋ ਲੈ ਚਲੋ ਬਾਈ। ਤੁਸੀਂ ਵੀ ਫਿਰ ਇੱਧਰ ਕਸਰ ਨਹੀਂ ਛੱਡੀ ਪੀ ਜੇ ਬਾਈ, ਜੋ ਪਾ ਰਹੀ ਟਾਈਮ ਸਰ ਜੀ, ਬੱਚੇ ਪੈਦਾ ਕਰੂਗੀ ਇਹ। ਹਾਂਜੀ ਬਾਈ ਜੀ, ਮੁੱਲ ਵੀ ਜੀ ਇਹਦਾ ਕਰਨ ਨੂੰ ਭਾਵੇਂ ਲੋਕਾਂ ਦੇ ਅੱਡੇ 1.5-1.5 ਲੱਖ ਦੀਆਂ ਵੀ ਗੰਦੀਆਂ ਝੋਟੀਆਂ ਵੇਚ ਜਾਂਦੇ ਬਾਈ ਜੀ, ਪਰ ਆਪਾਂ ਚਲੋ ਸਾਡਾ ਕਿਹਨੇ ਮਾਨ ਤਾਨ ਕੀਤਾ ਜੀ, ਆਪਾਂ ਕਰਦੇ ਹਾਂ ਕਰਦੇ ਹਾਂ ਬਿਲਕੁਲ ਜੀ। ਇਹ ਵੀ ਜੀ 1-5 ਦੇ ਦਾਂਗੇ, 1-5 ਦੇ? ਹਾਂਜੀ, ਪੂਰਾ ਹੀ ਕਰ ਲਓ ਫਿਰ, ਪੂਰੇ ਕਰਨਾ ਵੀਰ ਜੀ। ਚਲੋ ਕਿਸੇ ਦਿਨ ਚਾਰ ਦਿਨ ਕਹਿੰਦੇ ਸਾਹਮਣੀ ਆ। ਹਾਂਜੀ ਹਾਂਜੀ, ਪਰ ਨਜ਼ਾਰੇ ਵਾਲੀ ਝੋਟੀ? ਨਹੀਂ ਨਹੀਂ, ਨਜ਼ਾਰਾ ਪੂਰਾ ਨਜ਼ਾਰਾ ਲੈ ਕੇ ਦਿਓ ਬਾਈ, ਦੱਸਤਾ ਕਿ ਜਿੱਡਾ ਹੁਣ ਪੌੜੀ ਦਾ ਦੱਸਤਾ ਵੇਲੇ ਕਿੱਡਾ ਵਾ। ਆ ਵੇਖੋ ਇਹ ਜਿਹੜੀ ਮੋਟੀ ਵਾਲਾ ਨਾੜਾ ਜੀ, ਵਾਹ ਜੀ ਬਾਜੀ ਫਿਰ ਤਾਂ ਕੇ ਪੁੰਦੀ ਵੀਰੇ ਜੀ। ਅੱਛਾ ਜੀ, ਕਿਹਨੇ ਵੇਖਣੀ ਹੋਗੀ, ਕੋਈ ਸਪੈਸ਼ਲ ਆਊ ਨਾ ਵਿਖਾ ਦਿਆਂ। ਚਲੋ ਚਲੋ ਠੀਕ ਹੈ, ਚੰਗੇ ਰਿਕਾਰਡ ਦੀ ਝੋਟੀ। ਨਹੀਂ ਬਾ ਠੀਕ ਹੈ ਠੀਕ ਹੈ,
देखो जी दो पशु भाई है जो बहुत शानदार पशु चेक करके चुवाई करके पास कर लेके जाए मेरा पूरी तसल्ली ना कि नहीं जी। हाँ जी, जी बोलो फिर अपने आगे तसल्ली करे है ना। हाँ जी हाँ ते पास करे। फोन नंबर है 8937 3738। ठीक है, सत श्री अकाल।